ਮੈਂ ਤੁਹਾਨੂੰ ਇੰਤਹਾ ਪਿਆਰ ਕਰਦਾ ਤੇ ਮੇਰਾ ਉਹ ਪਿਆਰ 2 ਮਿੰਟ ਬਾਅਦ ਤੁਹਾਡੇ ਲਈ ਐਡੀ ਬੜੀ ਨਫ਼ਰਤ ਬਣ ਗਿਆ ਵੀ ਮੈਂ ਤੁਹਾਨੂੰ ਸਾਰੀ ਦੁਨੀਆ ਸਾਹਮਣੇ ਐਂ ਕਰਤਾ ਵੀ ਉਹ ਤੋਂ ਮਾੜਾ ਬੰਦਾ ਦੁਨੀਆ ਸਾਨੂੰ ਅੱਧਾ ਘੰਟਾ ਹੋ ਗਿਆ ਘੱਟੋ ਘੱਟ ਗੇਟ ਖੜਕਾਉਣ ਨੂੰ, ਪਰ ਕਿਸੇ ਨੇ ਗੇਟ ਤੱਕ ਨਹੀਂ ਖੋਲਿਆ। ਸ਼ਾਇਦ ਸਾਰਿਆਂ ਨੂੰ ਇਹ ਲੱਗਿਆ ਹੋਊ ਵੀ ਫਾਦਰ ਨੇ ਦਰਵਾਜ਼ਾ ਖੋਲ੍ਹ ਕੇ ਗੱਲ ਕੀਤੀ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਫਾਦਰ ਨਾਲ ਫੋਨ 'ਤੇ ਗੱਲ ਹੋਈ, ਫਾਦਰ ਸਾਹਿਬ ਆਪ ਵੀ ਨਹੀਂ। ਇਹਨਾਂ ਨੇ ਡੈਡ ਨਾਲ ਵੀ ਗੱਲ ਕੀਤੀ ਫਾਦਰ ਸਾਹਿਬ ਨਾਲ, ਬਟ ਉਹਨਾਂ ਨੇ ਰਿਊਡਲੀ ਬਿਹੇਵ ਨਾਲ ਸਾਨੂੰ ਗੱਲ ਕੀਤੀ ਯਾਰ। ਹਾਂ, ਜਿੱਥੇ ਕੋਈ ਮੂਹਰੇ ਬੰਦਾ ਆਪਦੇ ਨਾਂ ਪਿੱਛੇ ਕੋਈ ਚੀਜ਼ ਲਾ ਕੇ ਪੂੰਛ ਲਾ ਕੇ ਘੁੰਮ ਰਿਹਾ, ਉੱਥੇ ਫਿਰ ਅਸੀਂ ਜਸੜ ਵੀ ਹਾਂ, ਉੱਥੇ ਫਿਰ ਬਹੁਤ ਕੁਝ। ਮੇਰੇ ਕਹਿਣ ਦਾ ਮਤਲਬ ਇਹ ਆ ਵੀ ਪਬਲਿਕ ਹੀ ਬੰਦੇ ਨੂੰ ਚੜ੍ਹਾਉਂਦੀ ਆ, ਠੀਕ ਆ, ਪਬਲਿਕ ਹੀ ਉਤਾਰ ਸਕਦੀ ਆ। ਜੱਸੜਾਂ ਦਾ ਕਾਕਾ ਯਾਨੀ ਕਿ ਤਰਸੇਮ ਜੱਸੜ, ਜੋ ਆਪਣੀ ਸਾਫ਼ ਸੁਥਰੀ ਗਾਇਕੀ ਕਰਕੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ, ਅਤੇ ਹਾਲ ਹੀ ਦੇ ਵਿੱਚ ਜਦ ਤਰਸੇਮ ਜੱਸੜ ਦੇ ਫੈਨਸ ਪਹੁੰਚੇ ਸੀ ਉਹਨਾਂ ਦੇ ਘਰ ਤਰਸੇਮ ਜੱਸੜ ਨੂੰ ਮਿਲਣ ਦੇ ਲਈ, ਤਾਂ ਫਿਰ ਹੋਇਆ ਸੀਗਾ ਇੱਕ ਵਿਵਾਦ ਕਿ ਤਰਸੇਮ ਜੱਸੜ ਨਹੀਂ ਮਿਲਦਾ ਆਪਣੇ ਫੈਨਸ ਨੂੰ। ਔਰ ਇਸ ਵਿਵਾਦ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਨੇ ਤਰਸੇਮ ਜੱਸੜ ਦੈਨਿਕ ਸਵੇਰਾ ਟੀਵੀ ਦੇ ਸਟੂਡੀਓ ਦੇ ਵਿੱਚ ਵਿਜ਼ਿਟ ਕਰਕੇ। ਸੋ ਦੇਖੋ ਕੀ ਕਿਹਾ ਤਰਸੇਮ ਜੱਸੜ ਨੇ ਉਸ ਵਿਵਾਦ ਨੂੰ ਲੈ ਕੇ। ਸੋਸ਼ਲ ਮੀਡੀਆ ਦੀ ਹੀ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਫੈਨਸ ਵੀ ਤੁਹਾਨੂੰ ਮਿਲੇ ਆ, ਇੱਕ ਅਜਿਹਾ ਮਾਧਿਅਮ ਹੈ, ਤੁਸੀਂ ਸਵੇਰੇ ਉੱਠਦੇ ਹੋ, ਲਾਈਵ ਹੁੰਦੇ ਹੋ, ਫੈਨਸ ਨਾਲ ਕਨੈਕਟ ਹੋ ਜਾਂਦੇ ਹੋ। ਇੱਕ ਫੈਨ ਨੇ ਮਤਲਬ ਤੁਹਾਡੇ ਖਿਲਾਫ਼ ਕੁਛ ਵੀਡੀਓ ਪਾਈ ਸੀਗੀ ਕਿ ਮੈਂ ਤਰਸੇਮ ਉੱਦਾਂ ਕਹਿੰਦਾ ਕਿ ਮੈਂ ਆਪਣੀ ਆਡੀਅੰਸ ਲਈ ਹਮੇਸ਼ਾ ਮੌਜੂਦ ਹਾਂ, ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂ ਜਿੰਨਾ ਮੱਥਾ ਟੇਕੇ, ਅਜਿਹੇ ਉਹਨੇ ਗਏ। ਉਹ ਕੀ ਮਤਲਬ ਸੀਗਾ ਉਹ ਸੀਨ ਕਿੱਦਾਂ? ਉਹ ਵੀਡੀਓ ਮੈਨੂੰ ਕਈ ਦਿਨਾਂ ਬਾਅਦ ਮੈਨੂੰ ਦੱਸੀ ਜੀ, ਹੈ ਨਾ ਜੀ। ਅਸਲ ਦੇ ਵਿੱਚ ਨਾ ਹੁਣ ਮੈਂ, ਚਲੋ ਮੈਂ ਤਾਂ ਬੇਸਿਕਲੀ ਤਾਂ ਮੈਂ ਕਦੇ ਵੀ ਕਾਊਂਟਰ ਬਿਆਨ ਜਾਂ ਕੁਛ ਵੀ ਹੋਰ ਮੈਂ ਅੱਜ ਤੱਕ ਦਿੱਤਾ ਹੀ ਨਹੀਂ ਕਦੇ। ਇਹ ਤਾਂ ਹੁਣ ਚਲੋ ਤੁਸੀਂ ਸਵਾਲ ਕਰ ਰਹੇ, ਮੈਂ ਜਵਾਬ ਦੇ ਦਿੰਦਾ ਅਤੇ ਬਰੀਫਲੀ ਦੇ ਦਿੰਦਾ। ਪਹਿਲੀ ਗੱਲ, ਮੈਂ ਕੈਨੇਡਾ ਸੀਗਾ ਜੀ ਜੀ। ਦੂਜੀ ਗੱਲ, ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਦਾ। ਮੈਂ ਗਿਆ ਤੁਹਾਡੇ ਘਰ ਤੁਹਾਨੂੰ ਮਿਲਣ, ਠੀਕ ਹੈ ਜੀ। ਪਹਿਲੀ ਗੱਲ ਤੁਹਾਨੂੰ ਬਿਨਾਂ ਪੁੱਛੇ ਦੱਸੇ ਚਲਿਆ ਗਿਆ, ਉਹ ਤੋਂ ਬਾਅਦ ਚਲਿਆ ਗਿਆ। ਮੈਂ ਤੁਹਾਨੂੰ ਇੰਤਹਾ ਪਿਆਰ ਕਰਦਾ ਅਤੇ ਮੇਰਾ ਉਹ ਪਿਆਰ 2 ਮਿੰਟ ਬਾਅਦ ਤੁਹਾਡੇ ਲਈ ਐਡੀ ਬੜੀ ਨਫ਼ਰਤ ਬਣ ਗਿਆ ਵੀ ਮੈਂ ਤੁਹਾਨੂੰ ਸਾਰੀ ਦੁਨੀਆ ਸਾਹਮਣੇ ਐਂ ਕਰਤਾ ਵੀ ਉਹ ਤੋਂ ਮਾੜਾ ਬੰਦਾ ਦੁਨੀਆ 'ਤੇ, ਤਾਂ ਤੁਹਾਡਾ ਪਿਆਰ ਕਿੰਨਾ ਕਿੱਥੇ ਸਟੈਂਡ ਕਰਦਾ ਦੱਸੋ। ਉਹ ਤੋਂ ਬਾਅਦ ਅਗਲੀ ਗੱਲ, ਤੁਸੀਂ ਉਹ ਗੱਲਾਂ ਦੇ ਵਿੱਚ ਵੀ ਘੁੰਡੀਆਂ ਰੱਖ ਰਹੇ ਹੋ, ਹੈ ਨਾ। ਉਹ ਗੱਲਾਂ ਦੇ ਵਿੱਚ ਤੁਸੀਂ ਘਰੇ, ਪਹਿਲੀ ਗੱਲ ਤਾਂ ਉਹਨਾਂ ਨੇ ਵੀਡੀਓ ਦੇ ਵਿੱਚ ਇਹ ਕਿਹਾ ਵੀ ਉਹਦੇ ਫਾਦਰ ਨਾਲ ਗੱਲ ਹੋਈ, ਸ਼ਾਇਦ ਸਾਰਿਆਂ ਨੂੰ ਇਹ ਲੱਗਿਆ ਹੋਊ ਵੀ ਫਾਦਰ ਨੇ ਦਰਵਾਜ਼ਾ ਖੋਲ੍ਹ ਕੇ ਗੱਲ ਕੀਤੀ, ਉਹਨਾਂ ਨੇ ਇਹ ਤਾਂ ਨਹੀਂ ਕਿਹਾ ਫਾਦਰ ਨਾਲ ਫੋਨ 'ਤੇ ਗੱਲ ਹੋਈ, ਫਾਦਰ ਸਾਹਿਬ ਆਪ ਵੀ ਨਹੀਂ ਕਰੇ ਸੀ, ਠੀਕ ਹੈ। ਚਲੋ ਬਾਕੀ ਇਹ ਗੱਲਾਂ, ਮੈਂ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਐਗਜ਼ੈਜਰੇਟ ਨਹੀਂ ਕਰਦਾ। ਜਿਹੜਾ ਬੰਦਾ ਤੁਹਾਨੂੰ ਪਿਆਰ ਕਰਦਾ ਉਹ ਇਨਸੇਨਲੀ ਪਿਆਰ ਕਰਦਾ, ਉਹ ਸ਼ਰਤਾਂ ਨਹੀਂ ਰੱਖਦਾ। ਜਿੱਥੇ ਪਿਆਰ ਹੁੰਦਾ ਉਹਨਾਂ ਦੀ ਉਨੀ ਮੱਤ ਸੀ ਵਿਚਾਰਿਆਂ ਦੀ, ਛੋਟੇ ਵੀਰ ਨੇ ਕੋਈ ਗੱਲ ਨਹੀਂ, ਉਹਨਾਂ ਦੀ ਉਨੀ ਮੱਤ ਸੀ, ਉਹਨਾਂ ਨੇ ਉਨੀ ਵਰਤ ਲਈ, ਕੋਈ ਚੱਕਰ ਨਹੀਂ ਹੈਗਾ। ਅਸੀਂ ਵੈਸੇ ਗੱਲ ਕਰੀਏ ਸਰਦਾਰ ਮੁਹੰਮਦ ਜਾਂ ਰੱਬ ਦਾ, ਰੇਡੀਓ ਦੇ ਵਿੱਚ ਸੀਰੀਅਸ ਰੋਲ ਦੇਖਣ ਨੂੰ ਮਿਲਿਆ ਤੁਹਾਡਾ, ਔਰ ਆਡੀਅੰਸ ਸਮਝਦੀ ਹੈ ਕਿ ਬਹੁਤ ਕੰਟਰੋਲਡ ਜੇ ਰਹਿੰਦੇ ਨੇ ਤਰਸੇਮ ਜੱਸੜ, ਅਸਲ 'ਚ ਵੀ ਇੱਦਾਂ ਦੇ ਕਿ ਬਹੁਤ ਫਨੀ ਆ? ਨਹੀਂ ਮੈਂ ਜੀ, ਦੱਸੋ ਸਰ, ਬਹੁਤ ਨਾਈਸ ਨੇ। ਮੈਨੂੰ ਅਸਲ ਦੇ ਵਿੱਚ ਭਾਜੀ ਇਹ ਗੱਲ ਆ, ਦੇਖੋ ਮੈਂ ਜਿਵੇਂ ਹੈਗਾ ਵੀ ਜਿਹੜੇ ਬੰਦਿਆਂ ਨੂੰ ਮੈਨੂੰ ਲੱਗਦਾ ਵੀ ਇਹ ਬੰਦੇ ਪੋਜ਼ਿਟਿਵ ਨੇ ਜਾਂ ਹੋਰ ਆ, ਜਿੱਥੇ ਮੇਰੀ ਬਿਰਤੀ ਮਿਲ ਗਈ ਜਾਂ ਮੇਰੀ ਮੱਤ ਮਿਲ ਗਈ ਉੱਥੇ ਮੇਰੀ ਕੋਈ ਬੰਦਿਸ਼ ਨਹੀਂ ਹੈਗੀ। ਉੱਥੇ ਮੈਂ ਨਾ ਤਰਸੇਮ ਜੱਸੜਾਂ ਨਾ ਕੁਛ ਹੋਰ ਹਾਂ, ਉੱਥੇ ਮੈਂ ਇਕੱਲਾ ਤਰਸੇਮ ਹਾਂ ਸਾਰਿਆਂ ਲਈ, ਉੱਥੇ ਮੈਂ ਸਾਰਿਆਂ ਲਈ ਸੇਮ ਹਾਂ,
ਠੀਕ ਆ। ਹਾਂ, ਜਿੱਥੇ ਕੋਈ ਮੂਹਰੇ ਬੰਦਾ ਆਪਦੇ ਨਾਂ ਪਿੱਛੇ ਕੋਈ ਚੀਜ਼ ਲਾ ਕੇ ਪੂੰਛ ਲਾ ਕੇ ਘੁੰਮ ਰਿਹਾ, ਉੱਥੇ ਫਿਰ ਅਸੀਂ ਜੱਸੜ ਵੀ ਹਾਂ, ਉੱਥੇ ਫਿਰ ਬਹੁਤ ਕੁਛ ਆ। ਹਾਂ, ਉੱਥੇ ਫਿਰ ਬਹੁਤ ਕੁਛ ਆ, ਉੱਥੇ ਪੂੰਛ ਫਿਰ ਸਾਡੀ ਉਦੋਂ ਬਹੁਤ ਵੱਧ ਮਹਿੰਗੀ ਆ। ਜਿਹੜਾ ਬੰਦਾ ਮੂਹਰੇ ਨਰਮਾਈ ਨਾਲ ਆਉਂਦਾ ਉਹਨੂੰ ਦੋ ਹੱਥ ਜੋੜ ਕੇ ਮਿਲਾਂਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹਾਂ, ਜਿਹੜਾ ਬੰਦਾ ਪਹਿਲਾਂ ਹੀ ਮੂਹਰੇ ਧੌਣ 'ਚ ਕੀਲਾ ਲੈ ਕੇ ਆ ਰਿਹਾ ਤਾਂ ਸਾਡੇ ਕੀਲੇ ਦੋ ਨੇ ਫਿਰ ਧੌਣ 'ਚ।